ਸਟਨਾ ਜੀ ਇਹ ਰੋਡ ਤੇ ਝਾੜੂ ਫੇਰ ਰਹੇ ਸੀ ਕਿਤੇ ਤੜਕੇ 5 ਵਜੇ ਉੱਠੇ ਆ ਕਿਤੇ ਠੀਕ ਹੈ ਜੀ ਬੂਹੇ ਗਾੜੀ ਠੀਕ ਹੈ ਜੀ ਉਹ ਟਰੈਕਟਰ ਲੰਘਿਆ ਆ ਕਿਤੇ ਠੀਕ ਹੈ ਜੀ ਉਹ ਸਕੰਜੇ ਦੇ ਉੱਤੋਂ ਕਿਤੇ ਲੰਘਿਆ ਸਾਈਡ ਮਾਰੀ ਆ ਨਾਲ ਬੂਹੇ ਜੋੜ ਹੀ ਦਿੱਤਾ ਕਿਤੇ ਟਰੈਕਟਰ ਕਿਤੇ ਠੀਕ ਹੈ ਜੀ ਉੱਪਰ ਹੀ ਚਾੜਤਾ उन्होंने जो जिदा एक्सीडेंट होया ट्रैक्टर ना तो बंदा भी ट्रेस कर लिया तो उन्होंने इस टाइम मैं मौके पर ही हाँ ये जो घर वाले परिवार वाले जिन्हें डैथ हुई है उन्होंने जो बेटे आ उन्होंने स्टेटमेंट देने वास्ते मैं कह रहा वो अजे कोई स्टेटमेंट नहीं दिखा रहे जिस तरह स्टेटमेंट दिखाऊंगे ऐसी कार्रवाई कर देंगे। ਮੇਰੇ ਕੀ ਨਾਂ ਤੁਹਾਡਾ? ਜਸਪਾਲ ਸਿੰਘ। ਜਸਪਾਲ ਸਿੰਘ ਜੀ, ਜਿਹੜੀ ਅੱਜ ਸੜਕ ਦੁਰਘਟਨਾ 'ਚ ਇੱਕ ਔਰਤ ਦੀ ਮੌਤ ਹੋਈ, ਤੁਹਾਡੇ ਕੀ ਲੱਗਦੇ ਸੀਗੇ? ਮੇਰੀ ਮੰਮੀ ਸੀ। ਕਿੰਨੀ ਕੁ ਉਹਨਾਂ ਦੀ ਏਜ ਸੀਗੀ? 45 ਸਾਲ। ਇਹ ਹਾਦਸਾ ਕਿਵੇਂ ਵਾਪਰਿਆ? ਹਾਂਜੀ, ਅਸੀਂ ਸੁੱਤੇ ਹੀ ਜੀ, ਹਾਂਜੀ ਜਿੱਦਾਂ ਅਸੀਂ ਸਬਕ 'ਤੇ ਦੇਖਿਆ ਜੀ, ਗੁਆਂਢੀਆਂ ਨੇ ਸਾਨੂੰ ਦੱਸਿਆ ਅਤੇ ਟਰੈਕਟਰ ਵੱਜਿਆ ਹੋਇਆ ਜੀ। ਟਰੈਕਟਰ ਵੱਜਿਆ ਜੀ ਵਿੱਚ, ਅਤੇ ਕਹਿੰਦੇ ਵੀ ਮੰਮੀ ਆਪਦੇ ਨੂੰ ਦੇਖੋ ਆ ਕੇ ਕੀ ਹੋਇਆ। ਅਸੀਂ ਆ ਕੇ ਦੇਖਿਆ ਜੀ ਵੀ ਪੂਰੀ ਹੋਈ, ਖੂਨ ਆਉਣ ਦਿਆ ਸੀ ਮੂੰਹ 'ਚੋਂ। ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ 5:30 ਦਾ ਜੀ। ਜਿਹੜੇ ਵਹੀਕਲ ਨਾਲ ਦੁਰਘਟਨਾ ਹੋਈ ਆ ਉਹਦਾ ਕੋਈ ਪਤਾ ਲੱਗਾ ਤੁਹਾਨੂੰ? ਨਹੀਂ, ਉਹਦਾ ਨਹੀਂ ਪਤਾ ਲੱਗਾ ਜੀ ਅਜੇ। ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਸੀਸੀਟੀਵੀ ਤਸਵੀਰਾਂ ਕੋਈ ਸਾਹਮਣੇ ਆਈਆਂ? ਹਾਂਜੀ ਹਾਂਜੀ ਹਾਂਜੀ, ਇਹ ਤਸਵੀਰਾਂ ਆਈਆਂ, ਟਰੈਕਟਰ ਵੀ ਆਇਆ ਜੀ। ਠੀਕ ਹੈ ਜੀ, ਟਰੈਕਟਰ ਦਾ ਪਤਾ ਲੱਗਾ ਜੀ ਸਾਨੂੰ। ਬੰਦੇ ਦੀ ਪਛਾਣ ਕਲੀਅਰ ਨਹੀਂ ਹੋਣ ਦੀ ਜੀ, ਪੁਲਿਸ ਨੇ ਸਾਨੂੰ ਕੋਈ ਅੱਧੇ ਘੰਟੇ ਦਾ ਟਾਈਮ ਲਿਆ ਆ ਜੀ। ਸੁਖਜੀਵ ਸਿੰਘ ਜੀ, ਜਿਹੜੀ ਅੱਜ ਸੜਕ ਦੁਰਘਟਨਾ 'ਚ ਇੱਕ ਔਰਤ ਦੀ ਮੌਤ ਹੋਈ ਆ, ਤੁਹਾਡੇ ਕੀ ਲੱਗਦੇ ਸੀਗੇ? ਮੇਰੀ ਚਾਚੀ ਆ ਜੀ। ਇਹ ਘਟਨਾ ਕਿਵੇਂ ਵਾਪਰੀ ਆ? ਘਟਨਾ ਜੀ ਇਹ ਰੋਡ 'ਤੇ ਝਾੜੂ ਫੇਰ ਰਹੇ ਸੀ ਕਿਤੇ ਤੜਕੇ 5 ਵਜੇ ਉੱਠੇ ਆ ਕਿਤੇ ਠੀਕ ਹੈ ਜੀ ਬੂਹੇ ਗਾੜੀ ਠੀਕ ਹੈ ਜੀ ਉਹ ਟਰੈਕਟਰ ਲੰਘਿਆ ਆ ਕਿਤੇ ਠੀਕ ਹੈ ਜੀ ਉਹ ਸਕੰਜੇ ਦੇ ਉੱਤੋਂ ਕਿਤੇ ਲੰਘਿਆ ਸਾਈਡ ਮਾਰੀ ਆ ਨਾਲ ਬੂਹੇ ਜੋੜ ਹੀ ਦਿੱਤਾ ਕਿਤੇ ਟਰੈਕਟਰ ਕਿਤੇ ਠੀਕ ਹੈ ਜੀ ਉੱਪਰ ਹੀ ਚਾੜਤਾ ਠੀਕ ਹੈ ਜੀ ਉਹ ਕਰੋ ਪੂਰੀ ਫੁੱਲ ਸਪੀਡ 'ਚ ਹੀ ਆ ਰਿਹਾ ਆ ਅਤੇ ਮੋੜ ਤੋਂ ਮੁੜਿਆ ਆ ਠੀਕ ਹੈ ਜੀ ਜਾ ਕੇ ਕੈਮਰਿਆਂ 'ਚ ਆਇਆ ਕੈਮਰਿਆਂ 'ਚ ਵੀ ਟਰੈਕਟਰ ਹੌਲੀ ਕਰ ਰਿਹਾ ਇਹ ਜਾ ਕੇ ਕੈਮਰਾ ਦੂਜਾ ਖਿਲਾਇਆ ਗੋਪੀ ਸਰਪੰਚ ਕਾ ਠੀਕ ਹੈ ਉਹ 'ਚ ਹੀ ਪੂਰੀ ਸਪੀਡ ਨਾਲ ਜਾ ਕੇ ਨਟਕਰਾਂ 'ਚ ਮੋੜ ਤੋਂ ਮੁੜ ਰਿਹਾ ਜੀ ਠੀਕ ਹੈ ਜੀ ਉਹ 'ਚ ਬੰਦੇ ਦਾ ਪਤਾ ਲੱਗਣ ਦਿਆ ਪਰ ਉਹਦੀ ਤਸਵੀਰ ਪੂਰੀ ਨਹੀਂ ਆ ਰਹੀ ਉਹਦੇ ਵਿੱਚ ਉਹ ਟਾਈਮ ਲਿਆ ਜੀ ਪੁਲਿਸ ਨੇ ਅੱਧੇ ਘੰਟੇ ਦਾ ਪੁਲਿਸ ਨਾਲ ਹੀ ਕੋਈ ਕੈਮਰੇ ਖਿਲਾਏ ਜੀ ਅੱਧੇ ਘੰਟੇ ਦਾ ਟਾਈਮ ਲਿਆ ਜੀ ਸਾਕੋ ਠੀਕ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੱਧ ਤੋਂ ਵਧੀਆ ਠੀਕ ਹੈ ਜੀ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪੁਲਿਸ ਨੇ ਜੀ ਅੱਧੇ ਘੰਟੇ ਦਾ ਟਾਈਮ ਕਹਿੰਦਾ ਅੱਧੇ ਘੰਟੇ ਟਰੈਕਟਰ ਥਾਣੇ ਹੋਊਗਾ ਜੀ ਜੇ ਇਹਨਾਂ ਨੂੰ ਪਤਾ ਲੱਗਾ ਹੋਊ ਕੋਈ CID ਮਿਲੀ ਹੋਊ ਤਾਂ ਇਹਨਾਂ ਨੇ ਕਿਹਾ ਜੀ ਅੱਧੇ ਘੰਟੇ ਦਾ ਕੀ ਮੰਗ ਕਰਦੇ ਆ ਸਾਨੂੰ ਇਹ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਮੈਂ ਬਲਕਾਰ ਸਿੰਘ ਵਾਸੀ ਪਿੰਡ ਸੰਗੋਜਲਾ ਦੇ ਰਹਿਣ ਵਾਲਾ ਜੀ ਬਲਕਾਰ ਸਿੰਘ ਜੀ ਜਿਹੜੀ ਤੁਹਾਡੇ ਪਿੰਡ 'ਚ ਇੱਕ ਸੜਕ ਦੁਰਘਟਨਾ ਹੋਈ ਉਹ ਕਿਵੇਂ ਹੋਈ ਹੈ ਮੈਂ ਆਪਣੇ ਖੇਤਾਂ ਵੱਲ ਪਿੰਡ ਤੋਂ ਪੱਠੇ ਲੈਣ ਜਾ ਰਿਹਾ ਸੀਗਾ ਉਦੋਂ ਉੱਥੇ ਇੱਕ ਦਾ ਟਾਈਮ ਸੀਗਾ ਤਾਂ ਇਸ ਪਾਸੇ ਵੱਲ ਕੁਛ ਇਦਾਂ ਦਾ ਬੰਦੇ ਨਿਕਲੇ ਕਹਿਣ ਲੱਗੇ ਕਿ ਬਹੁਤ ਮਾੜੀ ਗੱਲ ਹੋਈ ਹੈ ਮੈਂ ਰਸਤੇ ਵਿੱਚ ਉੱਥੇ ਰੇਹੜੀ ਡੱਕ ਕੇ ਇਸ ਘਰ ਵੱਲ ਨੂੰ ਜਦੋਂ ਆਇਆ ਵਾਂ ਅਤੇ ਜਿਹੜੀ ਗੁਰਬਖਸ਼ ਕੌਰ ਉਹ ਬੀਬੀ ਆ ਉਹਦਾ ਐਕਸੀਡੈਂਟ ਹੋ ਕੇ ਸੜਕ 'ਤੇ ਪਈ ਹੋਈ ਸੀਗੀ ਜਿਹੜੀ ਕਿ ਮੌਤ ਹੋ ਚੁੱਕੀ ਸੀਗੀ ਅਤੇ ਉਸ ਵਕਤ ਅਸੀਂ ਕੋਈ ਟਰੈਕਟਰ ਤਾਂ ਨਹੀਂ ਦਿਆ ਟਰੈਕਟਰ ਜਿਹੜਾ ਕੋਈ ਕਾਫੀ ਸਮਾਂ ਪਹਿਲਾਂ ਲੱਗ ਕੇ ਉਹਨੂੰ ਸਾਈਡ ਮਾਰ ਕੇ ਚਲੇ ਗਿਆ ਸੀਗਾ ਉਹ ਤੋਂ ਬਾਅਦ ਵਿੱਚ ਅਸੀਂ ਇਹਨੂੰ ਚੁੱਕ ਕੇ ਮੰਜੇ 'ਤੇ ਪਾਇਆ ਉਹਦਾ ਬੇਟਾ ਵੀ ਆ ਗਿਆ ਅਤੇ ਉਹਨੇ ਘਰ ਦੇ ਵਿੱਚ ਰੱਖਿਆ ਅਤੇ ਉਦੋਂ ਬਾਅਦ ਦੇ ਵਿੱਚ ਅਸੀਂ ਕਹਿ ਕੇ ਫਿਰ ਪੁਲਿਸ ਸਟੇਸ਼ਨ ਦੇ ਉੱਤੇ ਫੋਨ ਕਰਾਇਆ ਵਾ ਕਿ ਆਣ ਕੇ ਕਾਰਵਾਈ ਕੀਤੀ ਜਾਵੇ ਮੰਨ ਲਓ ਜਿਹੜੀ ਘਟਨਾਵਾਂ ਇਹ ਟਰੈਕਟਰ ਨਾਲ ਵਾਪਰੀ ਆ ਹਾਂਜੀ ਇਹ ਟਰੈਕਟਰ ਦੇ ਟਾਇਰ ਲੱਗੇ ਹੋਏ ਆ ਜਦੋਂ ਕਿ ਉਹ ਡਿੱਗੀ ਆ ਲਾਗ ਦੀ ਟਾਇਰ ਲੱਗਿਆ ਹੋਇਆ ਵਾ ਕੰਧਾ ਵੱਜ ਕੇ ਉਹਦੀ ਮੌਤ ਹੋਈ ਆ ਪਰ ਟਰੈਕਟਰ ਵਾਲਾ ਇਸ ਟਾਈਮ ਕਿੱਥੇ ਆ ਟਰੈਕਟਰ ਵਾਲੇ ਦਾ ਦੇਖੋ ਜੀ ਅਸੀਂ ਨਾ ਟਰੈਕਟਰ ਦੇਖਿਆ ਹੈਗਾ ਪਰ ਜਦੋਂ ਉਹ ਬੀਬੀ ਪਈ ਹੋਈ ਸੀ ਲੰਮੀ ਉਹਦੇ ਉੱਪਰ ਟਾਇਰ ਦੇ ਜਿਹੜੇ ਨਿਸ਼ਾਨ ਲੱਗੇ ਹੋਏ ਆ ਜਿੱਥੇ ਕਿ ਵੱਜਿਆ ਹੋਇਆ ਸੜਕ ਤੋਂ ਟਾਇਰ ਜਿਹੜਾ ਉਹ ਥੜੀ ਦੇ ਉੱਤੇ ਵੀ ਟਾਇਰ ਲੰਘਿਆ ਵਾ ਟਰੈਕਟਰ ਚਾਲਕ ਦੀ ਪਛਾਣ ਹੋਈ ਗਈ ਨਹੀਂ ਟਰੈਕਟਰ ਚਾਲਕ ਅਸੀਂ ਦੇਖਿਆ ਨਹੀਂ ਨਾ ਟਰੈਕਟਰ ਦੇਖਿਆ ਹੈਗਾ ਵਾ ਸਿਰਫ ਉਸ ਨੂੰ ਪਈ ਨੂੰ ਦੇਖਿਆ ਉਹਦੀ ਮੌਤ ਹੋ ਚੁੱਕੀ ਸੀ ਉਦੋਂ ਫਿਰ ਤੁਹਾਡੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹਾਂਜੀ ਅਸੀਂ ਇਹਨਾਂ ਦੇ ਬੱਚੇ ਨੂੰ ਕਿਹਾ ਕਹਿ ਕੇ ਫਿਰ ਪੁਲਿਸ ਸੂਚਨਾ ਅਸੀਂ ਕਿਹਾ ਜੀ ਤੁਸੀਂ ਫੋਨ ਕਰੋ ਆਣ ਕੇ ਕਾਰਵਾਈ ਕਰਨਗੇ ਪੁਲਿਸ ਮੌਕੇ 'ਤੇ ਪਹੁੰਚ ਗਈ ਫਿਰ ਹਾਂਜੀ ਸਰ ਪਿੰਡ ਸੰਗੋਜਲਾ 'ਚ ਔਰਤ ਦੀ ਸੜਕ ਦੁਰਘਟਨਾ ਦੌਰਾਨ ਮੌਤ ਹੋਈ ਹੈ ਕੀ ਹੈ ਪੂਰਾ ਸਰ ਮਾਮਲਾ ਵੀ ਸਵੇਰੇ ਕੋਈ 5:30 ਵਜੇ ਮੈਨੂੰ ਫੋਨ ਆਇਆ ਸੀ ਕਿ ਬਖਸ਼ੋ ਪਤਨੀ ਸਵਰਨ ਸਿੰਘ ਫਾਸੀ ਸੰਗੋਜਲਾ ਦਾ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਆ ਅਤੇ ਫਿਰ ਮੈਂ ਆਪਣਾ ਡਿਊਟੀ ਅਫਸਰ ਭੇਜਿਆ ਸੀ ਸਰਬਜੀਤ ਸਿੰਘ
उन्होंने जो एक्सीडेंट होया ट्रैक्टर ना तो बंदा भी ट्रेस कर लिया तो हूँ इस टाइम मैं मौके पर ही हाँ। ये जे घर वाले परिवार वाले जिन्हें डैथ हुई है उन्होंने जो बेटे आ उन्होंने स्टेटमेंट देने वास्ते मैं कह रहा वो अजे कोई स्टेटमेंट नहीं लिखा रहे जिस तरह स्टेटमेंट लिखा जैसी कार्रवाई कर देंगे।